Welcome back to Just Punjabi. मैं तुहाडी होस्ट हाँ गुरमीत सोडी हेयर टूडे जी एस विद जी एस. अज असी तुहानू शो एक स्पैशल प्रोग्राम और स्पैशल मीनिंग दे नाल लैके आ रहे हैं. जिस तरह असी तुहानू पिछले कई एपीसोड्स अंदर दसिया सीगा कि काफ़ी लोग हैगे जिन्होंने सानू कॉल करके ईमेल करके पुछया हैगा कि वह जाके अपने आप वास्ते किस तरह चेंज कर सकते हैगे. काफ़ी लेडीज जिहड़ी करते होंदियां हैगियां और वो चाहती है कि अजकल दी इकोनमी अंदर इतना दा हस्बैंड अगर कम नहीं हैगा या थिंग्स आर रियली बैड इन द हाउस, वो किस तरह जाके अपने हस्बैंड्स नू कंधे नाल कंधा मिला के हेल्प कर सकते हैगे. इस दे अंदर उन्होंने काफ़ी डिफिकल्टीज भी आई हैगियां बिकॉज उन्होंने लैंग्वेज नहीं, दे कैंट स्पीक इंग्लिश, या उन्होंने पता नहीं हैगा वेयर दे कैन गो टू गैट दीज जॉब्स. तो अज तुहाडे वास्ते असी इन्फॉर्मेशन लैके आए हैं, होपफुली इस सारे तुहाडे क्वेश्चनस असी आंसर कर सकांगे. ਸਾਡੇ ਨਾਲ ਬਹੁਤ ਹੀ ਸਪੈਸ਼ਲ ਗੈਸਟ ਹੈਗੇ ਜਿਨ੍ਹਾਂ ਨੂੰ ਬਿਜ਼ਨਸ ਰਨ ਕਰਨ ਦਾ ਵੀ ਤਜ਼ਰਬਾ ਹੈਗਾ, ਆਫਕੋਰਸ ਘਰ ਦੀ ਗ੍ਰਸਤੀ ਰਹਿਣ ਕਰਨ ਦਾ ਵੀ ਤਜ਼ਰਬਾ ਹੈਗਾ, ਐਂਡ ਉਹਨਾਂ ਦੇ ਦੋ ਟੀਨੇਜਰ ਬੱਚੇ ਵੀ ਹੈਗੇ ਜਿਨ੍ਹਾਂ ਨੂੰ ਉਹਨਾਂ ਨੇ ਬਿਊਟੀਫੁਲੀ ਰੇਜ਼ ਕੀਤਾ ਹੈਗਾ. ਸੋ ਸ਼ੀ ਰੀਅਲੀ ਇਜ਼ ਐਨ ਆਲ ਰਾਊਂਡਰ ਐਂਡ ਸ਼ੀ ਨੋਜ਼ ਵਟ ਸ਼ੀ ਇਜ਼ ਡੂਇੰਗ. ਸ਼ੀ ਇਜ਼ ਗਾਟ ਆਲ ਦੀ ਇਨਫੋਰਮੇਸ਼ਨ, ਉਹਨਾਂ ਦੇ ਕੋਲ ਸਾਰੀ ਇਨਫੋਰਮੇਸ਼ਨ ਹੈਗੀ ਜਿਸ ਦੇ ਨਾਲ ਹੋਪਫੁਲੀ ਤੁਸੀਂ ਆਪਣਾ ਫਿਊਚਰ ਥੋੜ੍ਹਾ ਲਿਫਟ ਆਫ ਕਰਕੇ ਆਪਣੇ ਆਪ ਵਾਸਤੇ ਬੈਟਰ ਕਰ ਸਕੋ. With that, ਮੈਂ ਤੁਹਾਨੂੰ ਦਿੰਦੀ ਹਾਂ ਮਿਸ ਮਿਨੀ ਸਾਹਨੀ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਮਿਨੀ, ਥੈਂਕ ਯੂ ਸੋ ਮੱਚ ਕਿ ਤੁਸੀਂ ਸਾਡੇ ਸ਼ੋਅ 'ਤੇ ਅੱਜ ਆਏ ਹੋ, ਐਂਡ ਆਈ ਐਮ ਰੀਅਲੀ ਐਕਸਾਈਟਿਡ ਕਿ ਤੁਸੀਂ ਇਤਨੀ ਸਾਰੀ ਇਨਫੋਰਮੇਸ਼ਨ ਸਾਡੇ ਵਿਊਅਰਸ ਨੂੰ ਅੱਜ ਦਿਓਗੇ ਜਿਨ੍ਹਾਂ ਨਾਲ ਹੋਪਫੁਲੀ ਯੂਲ ਬੀ ਏਬਲ ਟੂ ਐਜੂਕੇਟ ਦੈਮ ਅ ਲਿਟਲ ਮੋਰ. ਆਈ ਬੇਰੀ ਸੇਵਾ ਹੈਗੀ ਤੁਹਾਡੇ ਲਈ, ਸਾਰਿਆਂ ਦੇ ਲਈ. ਥੈਂਕ ਯੂ. ਨਾ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗੀ ਕਿ ਤੁਸੀਂ ਸਾਨੂੰ ਦੱਸੋ ਕਿ ਦਰ ਲੋਟ ਆਫ ਵਿਮੈਨ, ਕਾਫੀ ਲੇਡੀਜ਼ ਹੈਗੀਆਂ ਜਿਹੜੇ ਕਰਦੇ ਹੁੰਦੇ ਹੈਗੇ, ਓਕੇ, ਉਹ ਚਾਹੁੰਦੇ ਹੈਗੇ ਇੰਡੀਆ ਤੋਂ ਪੜ੍ਹ ਲਿਖੇ ਆਈਆਂ ਹੈਗੀਆਂ ਪਰ ਇੱਥੇ ਆ ਕੇ ਉਹਨਾਂ ਨੂੰ ਇੰਗਲਿਸ਼ ਬੋਲਣ ਅੰਦਰ ਥੋੜ੍ਹੀ ਹਿਚਕਿਚਕ ਹੈਗੀ. ਦੇ ਆਰ ਨੋਟ ਕੰਫਰਟੇਬਲ ਇੰਗਲਿਸ਼ ਬੋਲਣ ਵਾਸਤੇ, ਜਾਂ ਕਈਆਂ ਨੂੰ ਇੰਗਲਿਸ਼ ਆਉਂਦੀ ਹੀ ਨਹੀਂ ਹੈਗੀ. ਹੁਣ ਇਸ ਇੰਸਟੈਂਸ ਅੰਦਰ ਜੇ ਤੁਸੀਂ ਇੰਡੀਆ ਤੋਂ ਡਿਪਲੋਮਾ ਲੈ ਕੇ ਆਏ ਹੋ ਪਰ ਜਦੋਂ ਤੁਸੀਂ ਇੱਥੇ ਜੋਬ ਅਪਲਾਈ ਕਰਨ ਜਾਂਦੇ ਹੋ ਉਸ ਡਿਪਲੋਮਾ ਦਾ, ਉਸ ਡਿਗਰੀ ਦਾ ਇੱਥੇ ਕੋਈ ਮਾਇਨਾ ਨਹੀਂ ਹੈਗਾ, ਤਾਂ ਉਸਦੇ ਵਾਸਤੇ ਉਹ ਕੀ ਕਰ ਸਕਦੇ ਹੈਗੇ, ਕਿਹੜੇ ਪ੍ਰੋਗਰਾਮਸ ਅਵੇਲੇਬਲ ਹੈਗੇ ਕਿ ਉਹ ਡਿਗਰੀ ਦਾ ਇੱਥੇ ਬੈਨੀਫਿਟ ਲੈ ਸਕਣ? ਜਿਸ ਮਾਹੌਲ 'ਚ ਤੁਸੀਂ ਰਹਿੰਦੇ ਹੈਗੇ ਹੋ, ਜਿਸ ਟਾਊਨ 'ਚ ਤੁਸੀਂ ਰਹਿੰਦੇ ਹੈਗੇ ਹੋ, ਤੁਸੀਂ ਉਹਨਾਂ ਦੇ ਹਾਈ ਸਕੂਲ 'ਤੇ ਜਾ ਕੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੈਗੇ ਹੋ. ਇੱਕ ਡਿਗਰੀ ਹੈਗੀ ਆ, ਉਹਦਾ ਨਾਮ ਹੈਗਾ GED. ਓਕੇ, ਉਹਨੂੰ ਕਹਿੰਦੇ ਜਨਰਲ ਇਕੁਇਵਲੈਂਸੀ ਡਿਪਲੋਮਾ. ਓਕੇ, ਤੁਸੀਂ ਸੋਚੋ ਕਿ ਤੁਸੀਂ ਆਪਣੀ ਕੰਟਰੀ ਤੋਂ ਆਏ ਹੈਗੇ ਹੋ ਅਤੇ ਤੁਹਾਨੂੰ ਉਹ ਪੰਜਾਬੀ ਦਾ ਜੋ ਵੀ ਸਰਟੀਫਿਕੇਟ ਹੈਗਾ ਉਸਨੂੰ ਇੰਗਲਿਸ਼ 'ਚ ਟ੍ਰਾਂਸਲੇਟ ਕਰਨਾ, ਤੁਸੀਂ ਅਮੈਰੀਕਨ ਗਵਰਨਮੈਂਟ ਨੂੰ ਦਿਖਾਉਣੀ ਕਿ ਤੁਸੀਂ ਪੜ੍ਹੇ ਲਿਖੇ ਹੈਗੇ ਹੋ ਹਾਈ ਸਕੂਲ ਲੈਵਲ ਤੱਕ. ਓਕੇ, ਇਹ ਜੋ GED ਕਲਾਸਿਸ ਆਉਂਦੀ ਹੈਗੀਆਂ ਇਹ ਰਾਤ ਨੂੰ ਦਿੰਦੇ ਹੈਗੇ ਨੇ, ਇਹ ਹਾਈ ਸਕੂਲਸ ਵਿੱਚ ਦਿੰਦੇ ਹੈਗੇ ਨੇ, ਇਹ ਫਰੀ ਦਿੰਦੇ ਹੈਗੇ. ਓ, ਇਟਸ ਫਰੀ? ਹਾਂਜੀ. ਤੁਹਾਨੂੰ ਇਸਦੇ ਵਾਸਤੇ ਪੇ ਨਹੀਂ ਕਰਨਾ ਪੈਂਦਾ? ਮੋਸਟ GED ਕਲਾਸਿਸ ਆਰ ਫਰੀ. ਓਕੇ, ਤੁਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਇਨਰੋਲ ਕਰ ਸਕਦੇ ਹੈਗੇ ਹੋ. ਯੂਜਲੀ ਤੁਹਾਨੂੰ 3 ਤੋਂ ਲੈ ਕੇ 6 ਹਫ਼ਤੇ, ਸੋਰੀ, ਮਹੀਨੇ ਲੱਗਦੇ ਹੈਗੇ. ਓਕੇ, ਬਟ ਜੇ ਤੁਸੀਂ ਖਤਮ ਕਰਦੇ ਹੋ, ਤੁਸੀਂ ਗ੍ਰੈਜੂਏਟ ਕਰਦੇ ਹੋ, ਤੁਹਾਨੂੰ ਹਾਈ ਸਕੂਲ ਡਿਪਲੋਮਾ ਇਕੁਇਵਲੈਂਸੀ ਮਿਲਦਾ ਹੈਗਾ ਫਰੋਮ ਦ ਯੂਨਾਈਟਿਡ ਸਟੇਟਸ. ਓ, ਓਕੇ. ਸੋ ਦੈਟ ਜੇ ਤੁਸੀਂ ਨੌਕਰੀ ਢੂੰਢਣ ਜਾਓਗੇ ਉਹ ਵੀ ਤੁਹਾਡੇ ਲਈ ਬਹੁਤ ਅੱਛੀ ਚੀਜ਼ ਹੈਗੀ ਆ, ਤੁਹਾਡੇ ਆਪਣੇ ਫਾਇਲੇ ਰੱਖਣੇ ਦੇ ਲਈ. ਤੁਹਾਨੂੰ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਜੋ ਤੁਹਾਡੇ ਇੰਪਲੋਇਰਸ ਹੈਗੇ ਕਿ ਤੁਸੀਂ ਪੜ੍ਹੇ ਲਿਖੇ ਆਪਣੀ ਕੰਟਰੀ ਤੋਂ ਵੀ ਹੈਗੇ ਹੋ ਅਤੇ ਤੁਹਾਡੇ ਕੋਲ ਇਤਨਾ ਖੂਬ ਹੈਗਾ ਅੰਦਰੋਂ ਕਿ ਤੁਸੀਂ ਇੱਥੇ ਵੀ ਕਰਨਾ ਚਾਹੁੰਦੇ ਹੋ GED. ਓਕੇ, ਤੋ ਇਟਸ ਇਸ ਦਾ ਐਕਚੁਲੀ ਫਿਰ ਦੋ ਮਤਲਬ ਹੋ ਗਏ. ਪਹਿਲੀ ਗੱਲ ਤਾਂ ਤੁਸੀਂ ਇੰਡੀਆ ਤੋਂ ਵੀ ਪੜ੍ਹ ਕੇ ਆ ਰਹੇ ਹੋ ਔਰ ਤੁਸੀਂ ਇੱਥੇ ਵੀ 3 ਜਾਂ 6 ਮਹੀਨੇ ਦਾ ਇਹ ਕੋਰਸ ਲਓਗੇ. ਹਾਂਜੀ. ਓਕੇ, ਨਾਓ ਲੈਟ ਮੀ ਆਸਕ ਯੂ ਸਮਥਿੰਗ. ਯੂ ਸੈਡ ਦੀਸ ਕੋਰਸਿਸ ਆਰ ਫਰੀ, ਪਰ ਇਹ ਕੋਰਸਿਸ ਤੁਹਾਡੇ ਹਾਈ ਸਕੂਲ ਅੰਦਰ, ਲੋਕਲ ਹਾਈ ਸਕੂਲਸ ਅੰਦਰ ਮਿਲਦੇ ਹੈਗੇ? ਯੈਸ. ਹੁਣ ਇਸ ਦੀ ਇਨਫੋਰਮੇਸ਼ਨ ਲੈਣ ਵਾਸਤੇ ਅਗਰ ਸਪੋਜ਼ ਕਿਸੇ ਨੂੰ ਇਹ ਜਾ ਕੇ GED ਦੀ ਡਿਗਰੀ ਲੈਣੀ ਹੈਗੀ, ਹਾਂਜੀ, ਇਹ ਹਾਈ ਸਕੂਲ ਅੰਦਰ ਜਾ ਕੇ ਪਤਾ ਕਰਨਗੇ ਜਾਂ ਦੇ ਹੈਵ ਟੂ ਟਾਊਨ 'ਤੇ ਜਾ ਕੇ ਪਤਾ ਕਰਨਗੇ? ਤੁਸੀਂ ਆਪਣੇ ਹਾਈ ਸਕੂਲ ਤੋਂ ਪਹਿਲੇ ਪੁੱਛ ਲਓ, ਬਿਕੋਜ਼ ਹਾਈ ਸਕੂਲ ਦੀ ਈਵਨਿੰਗ ਕਲਾਸ 'ਚ ਸਿਰਫ ਦੋ ਵਾਰੀ ਹਫ਼ਤੇ ਨਹੀਂ ਤਾਂ 3 ਵਾਰੀ ਹਫ਼ਤੇ 'ਚ ਐਵਲੀ ਕਲਾਸਿਸ ਹੁੰਦੀਆਂ. ਓਕੇ, ਐਂ ਨਹੀਂ ਹੈਗਾ ਕਿ ਤੁਸੀਂ ਮਤਲਬ ਆਪਣਾ ਪੂਰਾ ਘਰ ਛੋੜ ਕੇ ਹਰ ਰੋਜ਼ 5-6 ਘੰਟੇ ਪੜ੍ਹਨੇ ਹੈਗੇ. ਓਕੇ, ਦੀਜ਼ ਆਰ ਪਾਰਟ ਟਾਈਮ ਕਲਾਸਿਸ. ਓਕੇ, ਇਸ ਲਈ ਇਹਨਾਂ ਨੂੰ 3 ਨਹੀਂ ਤਾਂ 6 ਮਹੀਨੇ ਲੱਗ ਜਾਂਦੇ ਨੇ ਖਤਮ ਕਰਦੇ। ਓਕੇ, ਬਟ ਇਤਨਾ ਹੈਗਾ ਵੇ ਕਿ ਤੁਹਾਡੇ ਆਪਣੇ ਬੈਨੀਫਿਟ ਲਈ ਹੈਗਾ ਵੇ. ਐਗਜੈਕਟਲੀ, ਤੁਸੀਂ ਬਾਹਰ ਜਾਓਗੇ, ਤੁਸੀਂ ਪੜ੍ਹੋਗੇ ਔਰ ਐਜ਼ ਆਈ ਸੈਡ ਤੁਹਾਡਾ ਜੋ ਇੰਪਲੋਇਰ ਹੈਗਾ ਵੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਤੁਸੀਂ ਆਪਣੀ ਤਰਫੋਂ ਯੂ ਵਾਂਟ ਟੂ ਬੀ ਇੰਪਲੋਇਬਲ. ਹਾਂ, ਤੁਸੀਂ ਆਪਣੀ ਤਰਫੋਂ ਵੀ ਕੋਸ਼ਿਸ਼ ਕਰ ਰਹੇ ਹੋ, ਹਾਂਜੀ, ਕਿ ਤੁਸੀਂ ਇੱਥੇ ਆਪਣੇ ਆਪ ਨੂੰ ਐਡਜਸਟ ਕਰ ਸਕੋ. ਹਾਂਜੀ. ਓਕੇ, ਸੋ ਦੈਟਸ ਕਾਲਡ ਦ GED. ਹੁਣ ਸਪੋਜ਼ ਇਹ ਤਾਂ ਹੋ ਗਿਆ ਜੇ ਹੁਣ ਕਿਸੇ ਨੂੰ ਇੰਗਲਿਸ਼ ਆਉਂਦੀ ਹੈਗੀ, ਇੰਡੀਆ ਤੋਂ ਪੜ੍ਹ ਲਿਖ ਕੇ ਆਏ ਹੈਗੇ, ਪਰ ਜੇ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਪਰ ਉਹਨਾਂ ਦੇ ਕੋਲ ਇੰਡੀਆ ਦਾ ਡਿਪਲੋਮਾ ਹੈਗਾ, ਇੰਡੀਆ ਤੋਂ ਡਿਪਲੋਮਾ ਲੈ ਕੇ ਆਏ ਹੈਗੇ ਪਰ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਦੈਨ ਵਟ ਡੂ ਦੇ ਡੂ? ਉਹ ਇੰਗਲਿਸ਼ ਕਿਸ ਤਰ੍ਹਾਂ ਸਿੱਖ ਸਕਦੇ ਹੈਗੇ?
फिर तुम ढूंढ सकते हो कि ऐ यूजली फ्री क्लासेस नहीं होंगी क्या, बट दे आर जनरली इन मोस्ट स्कूल्स. ओके, अगेन मोस्ट रिसोर्सफुल प्लेस इज टू लुक इन द हाई स्कूल ऑफ योर एक्चुअल टाउन. ओके, तो हाई स्कूल अंदर इन्फॉर्मेशन मिल जाएगी. ओके, हाई स्कूल के अंदर तुम्हें अडल्ट लर्निंग के बारे ना बहुत सारी चीज़ें पता लग जाती है क्या. ओके, जो उत्थे दी टीचर्स है क्या मंडे टू फ्राइडे डे टाइम के अंदर वो तो अपने हाई स्कूल के बच्चों को पढ़ाते हैं. एब्सोल्युटली, इवनिंग टाइम नो वो अपना कोशिश करते हैं कि जो अपनी कम्यूनिटी है ना कम्यूनिटी को पढ़ावन. रियली? हाँ जी. जो तुम हम कह रहे हो तुम ऑलरेडी थोड़ा जहा मतलब चाका खाते हो इंग्लिश बोलने, वो क्लास में कहते हैं ESL. ESL है इंग्लिश एज अ सैकेंड लैंग्वेज. ओके, वो ए नहीं पढ़ाते कि ए बी सी डी ए नहीं पढ़ाते, पर वो तुम्हें सिखाते हैं कि तुम अपनी कम्यूनीकेशन पावर जो तेरे वर्ड्स दिमाग है उन्होंने ट्रांसलेट करके पूरा सेंटेंस बना के तुम किस तरह अपने इंप्लॉयर नहीं तो बाकी जो इतने माहौल है वो इंग्लिश वाले स्पीकिंग किस तरह बोल सकते हो करैक्टली. ओके, नाउ लेट मी आस्क यू, तुम यू गेव टू वेरी गुड पॉइंट्स. ओके, वन की ऑफ कोर्स GED एंड ESL. ESL वास्ते GED वास्ते पे नहीं करना पैंदा, ए फ्री है गे कोर्सेज. यूजुअली 90% ऑफ द टाइम 99% ऑफ द टाइम GED फ्री होंदा है. ओके, ESL तानु पे करना पैंदा है. हाँ जी. ए कोर्सेज किन्ने चिर वास्ते होंदे गे? इट डिपेंड्स, बहुत सारे स्कूल्स है गे, मेरे अपने स्कूल च भी है गे, बट एवरी क्लासेज डिपेंडिंग अप तुहाडे लेवल ते हैगा की हैगा. ओके, तुहाडे कोल काफी इंग्लिश मतलब एक्सपोजर हैगा वे, तुम लेवल 2 तो शुरू कर सकते हो एंड कंटिन्यू टू लेवल 3. ओके, वैसे 3 लेवल्स होंगे इंग्लिश एज ए सैकेंड लैंग्वेज. ओके, तुम सोच रहे हो कि तुम बहुत बहुत तुम अपना सोच रहे हो वीक है क्यों, तुम 1, 2, and 3 कंप्लीट कर लो. ओके, पर तुम सोच रहे हो कि तुम सिर्फ थोड़ी जी पॉलिशिंग चाहिए है क्या, तुम सिर्फ लेवल 3 ला लो बस. यू कैन डू दैट. यू कैन डू दैट. ओके, एंड तुम हर वास्ते हर एक वास्ते यू हैव टू पे फॉर इट सेपरेटली. दैट्स करेक्ट. जनरली इन ऑल ऑफ द स्कूल्स दैट ऑफर ESL दिस इज समथिंग टू पॉलिश यू फॉर फर्दर एम्प्लॉयमेंट. ओके, इसलिए आई कहते हैं कि अब रिक्वायर्ड नहीं है क्या, जो चीज़ रिक्वायर्ड नहीं होंगी कि वो फिर तो उससे आता थोड़ा पे करना. हाँ जी. ओके, वेल आई होप तुम जे सारे व्यूअर्स शो देख रहे हो दिस इज ग्रेट इन्फॉर्मेशन. जिस तरह कई हफ्तों पहला किसी ने कॉल करके पूछा सीगा कि वो लेडी पार्ट टाइम जॉब करना चाहती हैगी पर उन्होंने पता नहीं हैगा किस तरह क्योंकि वो इंग्लिश नहीं बोल सकते, तो दिस इज़ अ ग्रेट वे कि तुम जाके अपने लोकल हाई स्कूल अंदर जेडे भी स्टेट अंदर इट्स एनी स्टेट राइट एनी स्टेट If not even state, look in your county. Okay, तो तुसी अपने counties अंदर and अपने basic local high school अंदर जाके पता कर सकते हो कि तुसी ESL English as second language दे courses किथे ले सकते हो. और उस दे नाली अगर तुहाडे कोल इंडिया तो diploma हैगा उसका तुसी इत्थे convert करके किस तरह अपने आप नूं फायदा दे सकते हो. These are really good points so that people can go out there and अपने आप वास्ते you know ladies especially जेडे कर हैगे वो अपने आप वास्ते थोड़ा अर्न कर सकते हैं तो अपने खुद पैरों पर खड़े हो सकन. नाउ लेट मी आस्क यू समथिंग, अगर वो दो लैंग्वेजेस लैके इंग्लिश सीख लेंदे हैगे या GED भी लै लेते, नेक्स्ट स्टेप हैगा कि उन्होंने बाहर जाके जॉब ढूंढनी हैगी, जॉब लभनी हैगी. हाउ डू दे फाइंड अ जॉब? आई मीन ये तो है नहीं कि उन्होंने किसी ने उन्होंने सिखाया है कि तुम प्रोफेसनली ड्रैसअप हो या अपने आप को किस तरह प्रजेंट करो, क्योंकि इंटरव्यू वास्ते भी बहुत जरूरी है कि तुम प्रजेंटेबल हो. यू नो जो बंदा तुम्हारे गल करे उसू भी एक्सैप्ट होना चाहिए है कि यस दिस परसन कैन